ਜੇ ਡਰਾਮਿਆਂ ਦੀ ਗੱਲ ਕਰੀਏ ਤਾਂ ਬਹੁਤ ਹਾਈ ਪ੍ਰੋਫਾਈਲ ਡਰਾਮਾ ਇਸ ਵੇਲੇ ਦਿੱਲੀ ਦਰਬਾਰ ਦੇ ਵਿੱਚ ਕਾਂਗਰਸ ਦੇ ਦਰਬਾਰ ਤੇ ਚੱਲ ਰਿਹਾ ਜਿੱਥੇ ਕਿ ਪੰਜਾਬ ਦੇ ਕਾਂਗਰਸੀ ਰੱਸਾ ਕੂਚੀ ਕਰ ਰਹੇ ਆ ਜੀ ਕਾਪਟਨ ਬਿੰਦਰ ਸਿੰਘ ਕਹਿੰਦੇ ਵੀ ਮੈਂ ਨਵਜੋਤ ਸਿੱਧੂ ਨੂੰ ਥੜੇ ਤੇ ਚੜ੍ਹ ਨਹੀਂ ਦੇਣਾ ਨਵਜੋਤ ਸਿੱਧੂ ਕਹਿੰਦੇ ਵੀ ਥੜੇ ਤਾਂ ਨਹੀਂ ਮੈਂ ਤਾਂ ਥੜੇ ਤੋਂ ਵੀ ਉੱਪਰ ਚੜ੍ਹਣਾ ਆ ਸੋ ਮਤਲਬ ਕਿ ਕਾਪਟਨ ਬਿੰਦਰ ਸਿੰਘ ਕਹਿ ਰਿਹਾ ਕਿ ਮੈਂ ਡਿਪਟੀ ਸੀਐਮ ਦਾ ਅਹੁਦਾ ਕਿਸੇ ਹਾਲਤ ਦੇ ਵਿੱਚ ਵੀ ਨਵਜੋਤ ਸਿੱਧੂ ਨੂੰ ਜਿਹੜਾ ਨਹੀਂ ਦੇ ਸਕਦਾ ਤੇ ਨਵਜੋਤ ਸਿੱਧੂ ਕਹਿੰਦੇ ਵੀ ਮੈਨੂੰ ਇਤੋਂ ਘੱਟ ਕਬੂਲ ਕੋਈ ਨਹੀਂ ਛੋਟਾ ਮੋਟਾ ਮੰਤਰੀ ਮੈਂ ਨਹੀਂ ਬਣਨਾ ਸੋ ਇਸ ਨੂੰ ਲੈ ਕੇ ਕਾਫੀ ਕਿਆਸਰਾਈਆਂ ਚੱਲ ਰਹੀਆਂ ਸਿਆਸੀ ਮਾਰ ਸਾਰੇ ਪੰਜਾਬ ਦੇ ਲੋਕਾਂ ਨੂੰ ਤਾਂ ਚੁੱਕਣਾ ਸਿਆਸੀ ਮਾਰ ਹੀ ਆ ਜਿਹਨੂੰ ਮਰਜ਼ੀ ਤੁਸੀਂ ਛੇੜ ਕੇ ਪੁੱਛ ਲਓ ਉਹ ਜਿਹ ਜਿਹੜੇ ਇਹ ਸਿੱਧੂ ਆ ਲੋਕ ਕਹਿ ਰਹੇ ਆ ਕਿ ਹੁਣ ਇਹ ਪਾਰਟੀ ਬਦਲ ਸਕਦੇ ਆ ਕੋਈ ਕਹਿੰਦਾ ਵੀ ਭਾਜਪਾ ਚਲੇ ਜਾਣਗੇ ਕੋਈ ਕਹਿੰਦਾ ਜਿਹੜਾ ਜੀ ਉਹ ਹੁਣ ਆਮ ਆਦਮੀ ਪਾਰਟੀ ਜਾ ਸਕਦੇ ਆ ਮੇਰੀ ਜਿਹੜੀ ਪਹਿਲੇ ਦਿਨ ਤੋਂ ਘਤਾਰਨਾ ਰਹੀ ਆ ਵੀ ਨਵਜੋ ਸਿੱਧੂ ਜਿਹੜਾ ਆ ਉਹ 100% ਦਿਲੋਂ ਜਿਹੜਾ ਭਾਜਪਾ ਹੀ ਆ ਜਿੱਥੇ ਮਰਜੀ ਚੱਲ ਜਵੇ ਭਾਜਪਾ ਉਹਦੇ ਅੰਦਰੋਂ ਨਹੀਂ ਨਿਕਲ ਸਕਦੀ ਕਦੀ ਵੀ ਸ਼ਮਾ ਆਊਗਾ ਤੁਸੀਂ ਇਹ ਦੇਖੋਗੇ ਰੰਗ ਤੁਹਾਨੂੰ ਦੇਖਣੋ ਜਿਹੜਾ ਮਿਲ ਜਾਊਗਾ ਪੈਸੇ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਭਾਜਪਾ ਤੋਂ ਦੂਰ ਨਹੀਂ ਹੈਗੀਆਂ ਨਾ ਕੈਪਟਨ ਮੁੰਡਾ ਸਿੰਘ ਕਾਂਗਰਸ ਤੋਂ ਭੱਜਿਆ ਕਿਸੇ ਪਾਸੇ ਨਾ ਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਹੁਣ ਹਾਲਾਤ ਇਹੋ ਜਿਹੇ ਬਣਿਆ ਕਿ ਪੰਜਾਬ ਦੇ ਵਿੱਚ ਜਿਹੜੇ ਅਸਲ ਮੁੱਦੇ ਆ ਉਹ ਗਾਇਬ ਹੋ ਗਏ ਆ ਆ ਪੰਜਾਬ ਦੇ ਵਿੱਚ ਜਿਹੜੀਆਂ ਹੋਰੇ ਗੱਲਾਂ ਜਿਹੜੀਆਂ ਆ ਨਕਲੀ ਮੁੱਦੇ ਜਿਹੜੇ ਆ ਉਹ ਹਾਰੇ ਜਾ ਰਹੇ ਆ ਲੋਕ ਵੀ ਜਿਹੇ ਹੀ ਆ ਉਹਨਾਂ ਲਈ ਵੀ ਚੋਣਾਂ ਜਿਹੜੀਆਂ ਆ ਕੋਈ ਬਦਲਾਅ ਦਾ ਸਾਧਨ ਨਹੀਂ ਹੈਗੀਆਂ ਇੱਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਈਆਂ ਆ 8 ਮਹੀਨੇ ਜਿਹੜੀ ਹੁਣ ਇਹੀ ਨੂੜਾ ਕੁਸ਼ਤੀ ਜਿਹੜੀ ਚੱਲ ਰਹੀਆਂ ਲੋਕਾਂ ਦੇ ਲਈ ਵੀ ਡਰਾਮੇ ਤੋਂ ਵੱਧ ਕੇ ਕੁਛ ਨਹੀਂ ਲੋਕੇ ਚੋਂ ਇੰਜੋਏ ਕਰਨ ਲੱਗ ਪਏ ਆ ਨਾ ਚੋਣਾਂ ਦੇ ਵਿੱਚੋਂ ਅਗਲੇ 8 ਮਹੀਨੇ ਪੰਜਾਬੀ ਆਪਣੀ ਮਨਪਸੰਦ ਖੇਡ ਜਿਹੜੀ ਆ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉਹ ਅੰਦਰ ਦੇ ਮਹਾਜ਼ਾਂ ਦੇ ਉਤੋਂ ਖੇਡਣਗੇ ਤੇ ਉਸ ਤੋਂ ਬਾਅਦ ਅਡੜ ਤਰਸ ਦੇ ਕੀਤੇ ਜਾਣਗੇ ਰਿਜ਼ਲਟ ਕੋਈ ਵੀ ਆਊਗਾ ਕਹਿਣਗੇ ਇਹ ਸਾਰੇ ਦੇਖਿਆ ਮੈਂ ਪਹਿਲਾਂ ਪਿਆ ਸੀਗਾ ਵੀ ਇਦਾਂ ਹੋਣੀ ਆ ਸੋ ਜਿਹੜੀ ਸਿਆਸੀ ਮਾਰਾਂ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਛੱਡਿਆ ਵੀ ਪੰਜਾਬ ਦੇ ਲੋਕਾਂ ਨੂੰ ਸਾਰੇ ਸਿਆਸੀ ਮਾਰ ਆ ਪਰ ਇਸ ਗੱਲ ਦਾ ਫਿਕਰ ਬਹੁਤ ਥੋੜਿਆਂ ਨੂੰ ਆ ਕਿ ਪੰਜਾਬ ਦਾ ਪਾਣੀ ਮੁੱਕ ਰਿਹਾ ਆ ਪੰਜਾਬ ਦੀ ਜਵਾਨੀ ਜਿਹੜੀ ਆ ਉਤੋਂ ਬਾਹਰ ਨਿਕਲ ਰਹੀ ਆ ਆ ਪੰਜਾਬ ਦੀ ਹਵਾ ਧਰਤੀ ਜਿਹੜੀ ਆ ਉਹ ਖਰਾਬ ਹੋ ਰਹੀ ਆ ਪੰਜਾਬ ਨੂੰ ਇੱਕ ਬਸਤੀ ਵਜੋਂ ਅਹ ਇਸਤੇਮਾਲ ਕੀਤਾ ਜਾ ਰਿਹਾ ਆ ਪੰਜਾਬ ਦੇ ਵਿੱਚ ਪੰਜਾਬੀ ਖਾਸਾ ਜਿਹੜਾ ਖਤਮ ਕੀਤਾ ਜਾ ਰਿਹਾ ਪੰਜਾਬੀ ਬੋਲੀ ਪੰਜਾਬੀ ਸਭਿਆਚਾਰ ਖਤਮ ਕੀਤਾ ਜਾ ਰਿਹਾ ਹੋਰ ਜਿਵੇਂ ਇਜ਼ਰਾਇਲ ਫਲਸਤੀਨ ਦੇ ਕਾਬਜ ਹੋ ਰਿਹਾ ਆ ਫਲਸਤੀਨੀ ਘਟਦੇ ਹੀ ਘਟਦੇ ਘਟਦੇ ਜਾ ਰਹੇ ਆ ਤਕਰੀਬਨ ਉਹੀ ਕੁਝ ਪੰਜਾਬ ਦੇ ਵਿੱਚ ਜਿਹੜਾ ਆ ਹੋ ਰਿਹਾ ਆ ਪਰ ਬਹੁਤ ਥੋੜੇ ਲੋਕ ਆ ਜਿਹੜੇ ਇਸ ਗੱਲ ਨੂੰ ਮੰਨਦੇ ਆ ਤੇ ਜਿਹੜੇ ਮੰਨਦੇ ਆ ਉਹ ਵੀ ਇਸ ਇਸ ਨੂੰ ਰੋਕਣ ਵਾਸਤੇ ਕੁਝ ਕਰਨ ਦੀ ਜਰੂਰਤ ਨਹੀਂ ਦਿਖਾ ਰਹੇ ਜਾਂ ਉਹਨਾਂ ਦੇ ਹੱਥ ਵਾਸ ਕੁਝ ਨਹੀਂ ਕਿ ਉਹ ਕੁਝ ਕਰ ਸਕਣ ਜੀ ਇੱਕ ਸਵਾਲ ਹੋਰ ਜਿਹੜਾ ਹਰੇਕ ਦੇ ਜ਼ਿਹਨ ਦੇ ਵਿੱਚ ਆ ਉਹ ਇਹ ਆ ਕਿ ਕਦੀ ਮਾਨਪ੍ਰੀਤ ਬਾਦਲ ਕਦੀ ਸਿਮਰਿੰਦਰ ਸਿੰਘ ਮਾਨ ਕਦੀ ਬਲਵੰਤ ਸਿੰਘ ਰਾਮੂ ਵਾਲੀਆ ਕਦੀ ਭਗਵੰਤ ਮਾਨ ਹੋਣੀ ਕੋਈ ਨਾ ਕੋਈ ਜਿਹੜਾ ਬਾਹਰ ਲਿਆ ਜਿਹੜੇ ਲੋਕ ਨੇ ਐਨ ਆਰ ਆਈ ਨੇ ਇਹਨਾਂ ਦੇ ਆਈ ਹੋਈ ਉਨ ਲਾਉਣ ਦੇ ਵਾਸਤੇ ਪਹੁੰਚਦਾ ਰਿਹਾ ਆ ਤੇ ਉਹਨਾਂ ਰਖਾ ਕੇ ਬਾਹਰਲੇ ਖੁਸ਼ ਬੜੇ ਹੁੰਦੇ ਆ ਕਿ ਚਲੋ ਸਾਡੀ ਵੀ ਕਿਤੇ ਪੰਜਾਬ ਦੀ ਸ਼ਾਸਨ ਦੇ ਵਿੱਚ ਪੰਜੀ ਦਸੀ ਪੈ ਗਈ ਤੇ ਹੁਣ ਐਤਕੀ ਕੋਰੋਨਾ ਦੇ ਕਰਕੇ ਕਿਤਾ ਲੀਡਰ ਨਹੀਂ ਉਧਰੋਂ ਆ ਰਹੇ ਤੇ ਉਦੋਂ ਚੋਣਾ ਲੱਗੇ ਆਈਆਂ ਜਾ ਰਹੀਆਂ ਸੋ ਬਾਹਰਲੇ ਆਨਰੇ ਜਿਹੜੇ ਉਹ ਵੀ ਬੜੀ ਬੇਬਲ ਹੋ ਕੇ ਦੇਖ ਰਹੇ ਸਾਨੂੰ ਐਤਕਈ ਮੁੰਨਣ ਕੌਣ ਆਉਂਦਾ ਆ ਤੇ ਨਵਜੋਸ਼ ਸਿੱਧੂ ਹੁਣੀ ਆਉਂਦੇ ਆ ਜਾਂ ਕਿਸਾਨ ਆਗੂ ਆਉਣ ਜਾਂ ਕੋਈ ਹੋਰ ਆਵੇ ਕਿਉਂਕਿ ਉਹਨਾਂ ਕਾਫੀ ਹੋਈ ਹੋਈ ਆ ਤੇ ਲਹਾਉਣ ਦੀਆਂ ਤਿਆਰੀਆਂ ਜਿਹੜੀਆਂ ਉਹ ਕੋਈ ਦਿਖ ਨਹੀਂ ਰਹੀਆਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਕੋਈ ਵੀ ਪੰਜਾਬ ਤੋਂ ਜਿਹੜਾ ਆਗੂ ਆਇਆ ਉਹ ਵਾਵਾ ਉਹਨਾਂ ਲਈ ਲਾ ਕੇ ਲਿਜਾ ਸਕਦਾ ਇੱਥੋਂ ਕਾਫੀ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਆ ਹੋਈ ਹੋਈ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।